ਤੁਸੀਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬੈਠੇ ਫੋਨ ਪਰ ਕਰਦੇ ਹੋ, ਜ਼ਿਲ੍ਹੇ ਵਿੱਚ ਹੋਏਗਾ ਕਾਰਵਾਈ, ਪਰ 112 ਤੇ ਕਰਦੇ ਹੋ ਚੰਡੀਗੜ੍ਹ ਤੋਂ ਹੁੰਦੀ ਤਾਂ। ਇਹ ਜਿਹੜਾ ਆਪਾਂ ਸੈਮੀਨਾਰ ਲਾ ਰਹੇ ਪੁਲਿਸ ਅਤੇ ਬੱਚਿਆਂ ਨਾਲ ਦੋਸਤੀ ਦਾ, SPD ਸਟੂਡੈਂਟ ਪੁਲਿਸ ਟ੍ਰੇਨਿੰਗ, ਠੀਕ ਹੈ। ਇਹਦਾ ਮਤਲਬ ਇਹ ਆ ਪੁਲਿਸ ਦੀ ਬੱਚਿਆਂ ਨਾਲ ਦੋਸਤੀ। ਤੁਹਾਨੂੰ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਵੀ ਬੱਚੇ ਜਿਹੜੇ ਆ ਹਰ ਤਰ੍ਹਾਂ ਦੀ, ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਆ ਰਹੀ ਆ ਉਹ ਸਾਡੇ ਨਾਲ ਸਾਂਝੀ ਤੌਰ ਤੇ ਕਰਨ ਤੇ ਉਹਨਾਂ ਦੇ ਹਰ ਮਸਲੇ ਹੱਲ ਕਰੀਏ ਤੇ ਤੁਹਾਡੀ ਜਿਹੜੀ ਫੁੱਲ ਕੰਪਲੇਂਟ ਲਿਖੀ ਜਾਏ ਤੇ ਉਹਦੇ ਵਿੱਚ 20 ਰੁਪਈਆ ਫੀਸਾਂ ਸਰਕਾਰੀ ਉਹ 20 ਰੁਪਏ ਲੈਂਦੇ ਆ। ਲੇਡੀਜ਼ ਵਾਸਤੇ ਤੁਹਾਨੂੰ ਦੂਸਰਾ ਨੰਬਰ ਮੈਂ ਦਿੱਤਾ ਸੀ ਜਿਹੜਾ 181 ਨੋਟ ਕਰ ਲਿਆ, ਕੰਪਲੇਂਟ ਨੰਬਰ ਇਹ ਨੰਬਰ ਆ ਜਿਹੜੇ ਅੱਧੀ ਰਾਤੀ ਤੁਸੀਂ ਕਿਤੇ ਜਾਣ ਦਿਓ, ਤੁਸੀਂ ਇੱਥੋਂ ਜਲੰਧਰ ਜਾਣ ਦਿਓ, ਲੁਧਿਆਣੇ ਜਾਣ ਦਿਓ, ਕਿਤੇ ਜਾਣ ਦਿਓ, ਸਾਡੀ ਰਸਤੇ 'ਚ ਕੋਈ ਪ੍ਰੋਬਲਮ ਆਈ ਸੀ, ਗੱਡੀ ਖਰਾਬ ਹੋਈ ਸੀ ਅੱਧ ਵਿਚਕਾਰ ਪਿੰਡ ਵਿੱਚ, ਗੱਡੀ ਖਰਾਬ ਹੋਈ ਸੀ, ਸੁਨਸਾਨ ਜਗ੍ਹਾ ਹੁੰਦੀ ਹੈ ਤੇ ਜਿਹੜਾ ਆਮ ਤੌਰ ਤੇ ਹਰ ਬੰਦਾ ਡਰਦਾ ਵੀ ਕੋਈ ਬੰਦੇ ਨਾ ਪੈ ਜਾਏ ਜਾਂ ਕੋਈ ਗੱਲਬਾਤ ਨਾ ਹੋ ਜਾਏ, ਤੁਸੀਂ ਇਹ ਨੰਬਰ 'ਤੇ ਫੋਨ ਕਰੋਗੇ, ਤੁਹਾਡੇ ਕੋਲ ਲੇਡੀਜ਼ ਵਾਸਤੇ ਸਪੈਸ਼ਲ ਗੱਡੀ ਆਏਗੀ ਤੇ ਜੇ ਗੱਡੀ ਜ਼ਿਆਦਾ ਖਰਾਬ ਆ ਤੇ ਤੁਹਾਨੂੰ ਨਾਲ ਬਿਠਾ ਕੇ ਆਪਣੀ ਗੱਡੀ 'ਚ ਇੱਕ ਜਿਹੜੀ ਸੁਰੱਖਿਅਤ ਥਾਵਾਂ ਉੱਥੇ ਪਹੁੰਚਾਏਗੀ। 19-30-10-99-10-98 ਇਸ ਤੋਂ ਇਲਾਵਾ ਇੱਕ ਹੋਰ ਨੰਬਰ ਚੱਲਿਆ 10-73-10-73 ਨੋਟ ਕਰੋ, ਮੇਨ ਅੱਜ ਕੱਲ੍ਹ ਦਾ ਨਵਾਂ ਨੰਬਰ ਚੱਲਿਆ, ਇਹ ਹੈਗਾ ਟ੍ਰੈਫਿਕ ਰਸਤੇ ਵਿੱਚ ਗੱਡੀਆਂ ਟ੍ਰੈਫਿਕ ਵਾਲੀਆਂ ਲੱਗੀਆਂ ਵਾ ਪੁਲਿਸ ਦੀਆਂ, ਇਹ ਪੁਲਿਸ ਦੀਆਂ ਗੱਡੀਆਂ ਟ੍ਰੈਫਿਕ, ਤੁਹਾਡਾ ਐਕਸੀਡੈਂਟ ਹੋ ਜਾਏ, ਕੋਈ ਚੀਜ਼ ਹੋ ਜਾਏ, ਕੋਈ ਤੁਹਾਨੂੰ ਰਸਤੇ ਮੁਸ਼ਕਲ ਆ ਜਾਏ, ਟ੍ਰੈਫਿਕ ਦੀਆਂ ਗੱਡੀਆਂ ਲੱਗੀਆਂ ਹੋਈਆਂ, ਇਹ ਵੀ ਤੁਸੀਂ ਜਦੋਂ ਮਰਜ਼ੀ ਫੋਨ ਕਰੋਗੇ ਇਹ ਵੀ ਤੁਹਾਡੇ ਕੋਲ 10 ਮਿੰਟ ਦੇ ਵਿੱਚ ਤੁਹਾਡੇ ਕੋਲ ਹਾਜ਼ਰ ਹੋ ਜਾਏ। ਹਰ ਚੀਜ਼ ਦੀ ਸੁਵਿਧਾ ਦੇ ਰਹੇ ਆ, ਹਰ ਬੱਚੇ ਵਾਸਤੇ, ਹਰ ਵੱਡੇ ਵਾਸਤੇ, ਹਰ ਬਜ਼ੁਰਗ ਵਾਸਤੇ ਇਹ ਚੀਜ਼ ਦੇ ਰਹੀ ਹੈ ਪੁਲਿਸ, ਪੁਲਿਸ ਨਹੀਂ ਦੇ ਰਹੀ, ਮਾਨ ਸਾਹਿਬ ਵੱਲੋਂ, CM ਸਾਹਿਬ ਵੱਲੋਂ ਹੈ ਸਾਰਾ ਪ੍ਰੋਗਰਾਮ। ਮੈਕ ਵੇਚਦਾ, ਕੋਈ ਡਰੱਗਸ ਵੇਚਦਾ ਜਾਂ ਕੋਈ ਵੀ ਗਲਤ ਕੰਮ ਕਰ ਰਿਹਾ ਜਾਂ ਸ਼ਰਾਬ ਵਗੈਰਾ ਵੇਚਦੇ ਪਏ ਆ, ਉਹਦੇ ਵਾਸਤੇ ਤੁਸੀਂ ਖੁਫੀਆ ਤੌਰ 'ਤੇ ਤੁਹਾਨੂੰ ਨਹੀਂ ਕਹਿ ਰਿਹਾ। ਫਰੋਡ, ਹਰ ਬੰਦੇ ਦੇ ਬੈਂਕਾਂ 'ਚੋਂ ਪੈਸੇ ਨਿਕਲੀ ਜਾ ਰਹੇ ਆਪਣੇ ਤੌਰ 'ਤੇ, ਆਪਣੇ ਤੌਰ 'ਤੇ ਬੈਂਕਾਂ ਵਿੱਚੋਂ ਆਪਣੇ ਆਪ ਹੀ ਪੈਸੇ ਨਿਕਲੀ ਜਾ ਰਹੇ। ਜਿਹੜੀ ਬੇਟਾ ਇਲੈਕਟ੍ਰੋਨਿਕਸ ਡਿਵਾਈਸ ਆ, ਇਲੈਕਟ੍ਰੋਨਿਕਸ ਡਿਵਾਈਸ ਦੇ ਰਾਹੀਂ ਅੱਜ ਕੱਲ੍ਹ ਲੋਕ ਜਿਹੜੇ ਤੁਹਾਡੇ ਬੈਂਕ ਅਕਾਊਂਟ ਆ, ਤੁਹਾਨੂੰ ਕੋਈ ਫੇਕ ਕਾਲ ਆਉਂਦੀ ਆ ਵੀ ਤੁਸੀਂ, ਤੁਹਾਨੂੰ ਆਧਾਰ ਕਾਰਡ ਆਪਣਾ ਨੰਬਰ ਲਿਖਾਓ, ਤੁਸੀਂ ਆਪਣਾ ਤੁਹਾਡਾ ਬੈਂਕ ਦਾ ਅਕਾਊਂਟ ਨੰਬਰ ਕੀ ਆ, ਤੁਸੀਂ OTP ਦਿਓ। ਕੋਈ ਵੀ ਆਪਣਾ OTP ਜਿਹੜਾ ਕਿਸੇ ਨਾਲ ਸ਼ੇਅਰ ਨਹੀਂ ਕਰਨਾ, ਨਾ ਹੀ ਕਿਸੇ ਨੂੰ ਆਪਣੇ ਆਧਾਰ ਕਾਰਡ ਦਾ ਨੰਬਰ ਦੇਣਾ। ਜਦੋਂ ਵੀ ਕਿਸੇ ਕੋਲ ਸਾਡਾ ਆਧਾਰ ਕਾਰਡ ਜਿਹੜਾ ਜਾਂ ਕੋਈ ਨੰਬਰ ਚਲੇ ਜਾਂਦਾ, OTP ਨੰਬਰ ਚਲਣਾ, ਜਿਹੜੇ ਹੈਕਰਸ ਹੁੰਦੇ ਆ, IT ਦੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਮਾਹਰ ਹੁੰਦੇ ਆ, ਉਹਨਾਂ ਨੂੰ ਉਹ ਹੈਕ ਕਰਕੇ ਸਾਡੇ ਅਕਾਊਂਟ 'ਚੋਂ ਪੈਸੇ ਟ੍ਰਾਂਸਫਰ ਕਰ ਦਿੰਦੇ ਆ। ਇਸ ਕਰਕੇ ਅੱਜ ਤੱਕ ਬਹੁਤ ਜ਼ਿਆਦਾ ਫਰਾਡ ਹੋ ਚੁੱਕਾ, ਲੇਕਿਨ ਬੱਚਿਆਂ ਨੂੰ ਔਰ ਪਬਲਿਕ ਨੂੰ ਅਵੇਅਰਨੈਸ ਕਰਨ ਵਾਸਤੇ ਪੁਲਿਸ ਅਤੇ ਮਾਨਯੋਗ DGP ਸਾਹਿਬ ਔਰ CM ਸਾਹਿਬ ਨੇ ਇੱਕ ਮੁਹਿੰਮ ਚਲਾਈ ਆ ਕਿ ਬੱਚਿਆਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ। ਤੁਸੀਂ, ਕਈਆਂ ਦੇ ਬੱਚਿਆਂ ਦੇ ਮਾਂ ਪਿਓ ਇਲਟਰੇਟ ਹੁੰਦੇ ਆ, ਪੜ੍ਹੇ ਲਿਖੇ ਨਹੀਂ ਹੁੰਦੇ, ਬੱਚੇ ਪੜ੍ਹ ਲਿਖ ਜਾਂਦੇ ਆ, ਅਸੀਂ ਆਪਣੇ ਮਾਂ ਪਿਓ ਨੂੰ ਇਸ ਗੱਲਾਂ ਤੋਂ ਜਾਗਰੂਕ ਕਰਾ ਸਕਦੇ ਹਾਂ ਕਿ ਆਪਣਾ ਆਧਾਰ ਖਾਤਾ ਕਿਸੇ ਨੂੰ ਨਹੀਂ ਦੇਣਾ, ਆਪਣਾ ਬੈਂਕ ਅਕਾਊਂਟ ਕਿਸੇ ਨੂੰ ਨਹੀਂ ਦੇਣਾ, ਕੋਈ ਮੋਬਾਈਲ ਦੇ ਉੱਤੇ ਤੁਹਾਡੇ ਕੋਲ OTP ਵਗੈਰਾ ਮੰਗਦਾ ਉਹਨੂੰ ਬਿਲਕੁਲ ਸ਼ੇਅਰ ਨਹੀਂ ਕਰਨਾ, ਠੀਕ ਹੈ। ਇਸ ਤੋਂ ਇਲਾਵਾ ਡਰੱਗਸ ਦੇ ਵਿੱਚ ਆਪਣਾ ਪੰਜਾਬ ਜਿਹੜਾ ਬਿਲਕੁਲ ਝੂਲ ਰਿਹਾ, ਨੌਜਵਾਨ ਪੀੜ੍ਹੀ ਔਰ ਬੱਚੇ ਇਸ ਵੱਲ ਬਹੁਤ ਪ੍ਰਫੁੱਲਿਤ ਹੋ ਰਹੇ, ਕਿਉਂਕਿ ਸਾਡਾ ਵਿਦੇਸ਼ੀ ਦੇਸ਼ ਜਿਹੜਾ ਗੁਆਂਢੀ ਦੇਸ਼ ਪਾਕਿਸਤਾਨ ਆ, ਉਹ ਬਹੁਤ ਹੀ ਸ਼ਰਾਰਤੀ ਦੇਸ਼ ਆ, ਉਹ ਨਹੀਂ ਚਾਹੁੰਦਾ ਕਿ ਇੰਡੀਆ ਜਿਹੜਾ ਕੋਈ ਤਰੱਕੀ 'ਤੇ ਜਾਵੇ, ਇਸ ਕਰਕੇ ਉਹ ਡਰੱਗ ਜਿਹੜੀ ਸਪਲਾਈ ਬਾਰਡਰ ਰਾਹੀਂ, ਡਰੋਨਸ ਰਾਹੀਂ ਤੁਸੀਂ ਖਬਰਾਂ ਸੁਣਦੇ ਹੋਣੇ ਹੋ
ਉਹਨਾਂ ਨੇ 1 ਕਿਲੋ ਭੇਜਦੀ, 2 ਕਿਲੋ ਭੇਜਦੀ, 50 ਕਿਲੋ ਭੇਜਦੀ, ਇਸ ਤਰ੍ਹਾਂ ਆਉਂਦੀ ਹੈ। ਲੇਕਿਨ ਉਹ ਫ੍ਰੀ ਆਫ ਕਾਸਟ ਆਉਂਦੀ ਹੈ, ਉਹਦੀ ਇੰਟਰਨੈਸ਼ਨਲ ਮਾਰਕੀਟ ਕਰੋੜਾਂ ਰੁਪਈਏ ਆ।